ਸ਼ਾਂਤੀ ਮਿਲੇ ਔਰ ਸਮਾਧੀ ਤੱਕ ਖੁਦਾ ਨੇ ਕਵੇਦਾ ਔਰ ਸਿਸਟਰ ਦੇ ਵਿੱਚ ਜੀਵਨ ਦੇ ਵਿੱਚ ਪਰਮੇਸ਼ਰ ਨੇ ਕੋਈ ਨਹੀਂ ਪੈਦਾ ਕੀਤਾ ਔਰ ਆਪਾਂ ਇਹਨਾਂ ਦੇ ਕੋਲ ਇਹਨਾਂ ਦੀ ਗੁਰੀ ਸੁਣਾਂਗੇ ਕਿਸ ਤਰ੍ਹਾਂ ਪਰਮੇਸ਼ਰ ਨੇ ਇਹਨਾਂ 'ਤੇ ਕਿਰਪਾ ਕੀਤੀ। ਧੰਨਵਾਦ ਮੇਰੇ ਪਿਤਾ ਪਰਮੇਸ਼ਰ, ਧੰਨਵਾਦ ਕਰਦੀ ਹਾਂ। ਮੇਰੀ ਗਵਾਹੀ ਇਹ ਹੈ ਕਿ ਮੈਂ ਬਹੁਤ ਬਿਮਾਰ ਰਹਤੀ ਰਹੀ ਔਰ ਜਬ ਮੈਂ ਜਾਤੀ ਰਹੀ ਡਾਕਟਰ ਕੇ ਪਾਸ ਭਰਤੀ ਹੋਤੀ ਰਹੀ ਤਭੀ ਠੀਕ ਹੋਤੀ ਰਹੀ ਔਰ ਜਬ ਸੇ ਮੈਂ ਆਪਣੇ ਚਰਚ ਮੈਂ ਆਵੇ ਲੱਗੇ ਆਪਣੇ ਪਿਤਾ ਕੇ ਪਾਸ ਇਸ ਪਿਤਾ ਪਰਮੇਸ਼ਵਰ ਕੇ ਪਾਸ ਤਬ ਸੇ ਹਰ ਬਿਮਾਰੀ ਸੇ ਛੁਟਕਾਰਾ ਪਾਏ ਔਰ 12 ਸਾਲ ਕੇ ਬਹੁਤ ਸੀ ਰਹਾ ਆਪਰੇਸ਼ਨ ਕਰਵਾਇਆ ਫਿਰ ਵੀ ਨਹੀਂ ਠੀਕ ਹੋਇਆ। ਡਾਕਟਰ ਕੇ ਪਾਸ ਜਾਤੀ ਰਹੀ ਉਹ ਬੋਲਤੇ ਰਹੇ ਕਿ ਇਹ ਆਪਣੀ ਬਿਮਾਰੀ ਕਦੀ ਨਹੀਂ ਠੀਕ ਹੋਏਗੀ। ਮੈਂ ਯਹਾਂ ਚਰਚ ਮੈਂ ਆਏ ਔਰ ਪ੍ਰਾਰਥਨਾ ਮੈਂ ਕਰੇ ਨਹੀਂ ਜਾਣਤਾ ਰਹੀ ਮੈਂ ਬਹੁਤ ਵਿਸ਼ਵਾਸ ਆਏ ਜਿਸ ਵਿਸ਼ਵਾਸ ਆਏ ਉਸ ਮੇਰੇ ਪਿਤਾ ਪਰਮੇਸ਼ਵਰ ਨੇ ਮੇਰਾ ਦਇਆ ਕਿਹਨ ਕਿਰਪਾ ਕਿਹਨ ਮੈਂ ਬਿਮਾਰੀ ਸੇ ਛੁਟਕਾਰਾ ਪਾਇਆ। ਮੇਰੇ ਕੋਲ ਦੁਸ ਆਤਮਾ ਨੇ ਜਖੜੇ ਰਹੇ ਫਿਰ ਕੋਠੇ ਪਰ ਸੇ ਗਿਰ ਗਈ ਔਰ ਮੇਰਾ ਬਾਜੂ ਟੁੱਟ ਗਿਆ ਕਮਰ ਵੀ ਟੁੱਟ ਗਿਆ ਮੈਂ ਕੁਛ ਨਹੀਂ ਕਰ ਸਕਦੀ ਰਹੀ। ਇੱਕ ਮਹੀਨਾ ਪਲਸਤਰ ਲਗਾ ਰਹਾ ਹੱਥ ਮੇ ਫਿਰ ਵਹਾਂ ਝੰਡੂ ਸਿੰਘ ਮਨਾਨੇ ਗਏ ਵਹਾਂ ਵੀ ਨਹੀਂ ਠੀਕ ਹੋਇਆ ਕੁਛ ਗਿਲਾਸਾ ਸੇ ਹੱਥ ਸੇ ਗਿਲਾਸਾ ਨਹੀਂ ਉਠਾ ਸਕਦੀ ਰਹੀ ਔਰ ਜਬ ਸੇ ਆਪਣੇ ਖੁਦਾ ਕੇ ਪਾਸ ਆਈ ਹੂੰ ਤਬ ਸੇ ਮੈਂ ਸਭ ਕੁਛ ਕਰ ਸਕਦੀ ਹੂੰ ਆਪਣੇ ਹੱਥ ਸੇ ਥੀ। ਮੇਰੇ ਕੋ ਖੁਦਾ ਨੇ ਸਭ ਬਿਮਾਰੀ ਸੇ ਦੁਸਾਤਮਾ ਸੈਤਾਨ ਸੇ ਛੁਟਕਾਰਾ ਦਿਆ। ਮੇਰੇ ਪਰਿਵਾਰ ਭਰੇ ਕੋ ਬਹੁਤ ਪਰੇਸ਼ਾਨ ਕੀਆ ਰਹੇ ਲੇਕਿਨ ਮੇਰੇ ਪਰਮੇਸ਼ਵਰ ਮੇਰੇ ਖੁਦਾ ਆਜ ਹਮਾਰੇ ਪਰਿਵਾਰ ਕੋ ਸਭ ਕੋ ਛੁਟਕਾਰਾ ਦਿਆ ਸੁਖੀ ਸ਼ਾਂਤੀ ਦਿਆ ਮੇਰੇ ਖੁਦਾ ਆਪਕਾ ਧੰਨਵਾਦ ਕਰਤੀ ਹੂੰ ਮੇਰੇ। ਤੁਸੀਂ ਸਭਨਾਂ ਨੇ ਇਹਨਾਂ ਦੀ ਗਵਾਹੀ ਨੂੰ ਸੁਣਿਆ, ਮੈਂ ਵਿਸ਼ਵਾਸ ਕਰਦਾ ਤੁਸੀਂ ਸਭਨਾਂ ਨੇ ਬਿਲਕੁਲ ਧਿਆਨ ਨਾਲ ਸੁਣਿਆ ਹੋਵੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਸਿਸਟਰ ਨੇ ਆਪਣੀ ਗਵਾਹੀ ਦੱਸਿਆ ਕਿਸ ਤਰ੍ਹਾਂ ਪਰਮੇਸ਼ਰ ਇਹਨਾਂ ਬਿਮਾਰੀ ਤੋਂ ਆਜ਼ਾਦ ਕੀਤਾ। ਇਹਨਾਂ ਦੱਸਿਆ ਕਿ ਇਹਨਾਂ ਨੂੰ 12 ਸਾਲ ਤੋਂ ਬਵਾਸੀਰ ਦੀ ਬਿਮਾਰੀ ਸੀਗੀ। ਸੋ ਇਹਨਾਂ ਬਹੁਤ ਸਾਰੇ ਡਾਕਟਰਾਂ ਚੈੱਕ ਕਰਵਾਇਆ ਔਰ ਡਾਕਟਰਾਂ ਨੇ ਦੱਸਿਆ ਔਰ ਇਹਨਾਂ ਓਪਰੇਸ਼ਨ ਵੀ ਕਰਵਾਇਆ ਪਰ ਇਹਨਾਂ ਦਾ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਹੋਇਆ। ਜਿਸ ਤਰ੍ਹਾਂ ਹੀ ਇਹਨਾਂ ਨੂੰ ਕਿਸੇ ਨੇ ਸ਼ੁਕੀਆ ਚਰਚ ਬਾਰੇ ਦੱਸਿਆ ਔਰ ਸ਼ੁਕੀਆ ਚਰਚ ਦੇ ਵਿੱਚ ਆਏ ਵਿਸ਼ਵਾਸ ਦੇ ਨਾਲ ਖੁਦਾ ਦੇ ਘਰ ਵਿੱਚ ਆਏ ਔਰ ਇਹਨਾਂ ਨੇ ਪ੍ਰਭੂ ਦੇ ਪਵਿੱਤਰ ਵਚਨ ਨੂੰ ਵਿਸ਼ਵਾਸ ਨਾਲ ਸੁਣਿਆ ਪਵਿੱਤਰ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕੀਤਾ ਔਰ ਯਿਸੂ ਮਸੀਹ ਦੱਸੀ ਹੋਈਆਂ ਗੱਲਾਂ ਨੂੰ ਆਪਣੇ ਜੀਵਨ 'ਚ ਅਪਲਾਈ ਕੀਤਾ ਔਰ ਪ੍ਰਭੂ ਯਿਸੂ ਮਸੀਹ ਨੇ ਅੱਜ ਇਹਨਾਂ ਬਿਮਾਰੀ ਤੋਂ ਸ਼ਿਫਾ ਦਿੱਤੀ। 12 ਸਾਲ ਦੀ ਬਵਾਸੀਰ ਤੋਂ ਬਿਮਾਰੀ ਤੋਂ ਖੁਦਾ ਨੇ ਇਹਨਾਂ ਨੂੰ ਆਜ਼ਾਦ ਕੀਤਾ ਔਰ ਦੂਸਰੀ ਗਵਾਹੀ ਨੇ ਦੱਸਿਆ ਕਿ ਇਹਨਾਂ ਨੇ ਦੁਸ਼ਟ ਆਤਮਾ ਜਕੜੇ ਪਏ ਸੀਗੇ ਔਰ ਯਿਸੂ ਮਸੀਹ ਜਦ ਕੋਲ ਆਏ ਔਰ ਯਿਸੂ ਮਸੀਹ ਨੇ ਦੁਸ਼ਟ ਆਤਮਾ ਦੇ ਜਕੜੇ ਤੋਂ ਆਜ਼ਾਦੀ ਦਿੱਤੀ ਸ਼ੈਤਾਨ ਦੇ ਬੰਧਨਾਂ ਤੋਂ ਇਹਨਾਂ ਨੂੰ ਆਜ਼ਾਦ ਕੀਤਾ। ਤੀਸਰੀ ਗਵਾਹੀ ਇਹਨਾਂ ਨੇ ਉਹ ਦੱਸੀ ਆ ਕਿ ਜਦੋਂ ਛੱਤ ਤੋਂ ਡੇਗੇ ਇਹਨਾਂ ਦੇ ਹੱਥ ਕਬਾਮਾਂ ਟੁੱਟ ਗਈਆਂ ਬਾਜੂ ਕਮਰ ਟੁੱਟ ਗਈ ਇਹਨਾਂ ਦੀ ਔਰ ਜਦੋਂ ਉਹ ਪ੍ਰਭੂ ਦੇ ਕੋਲ ਆਏ ਪ੍ਰਭੂ ਨੇ ਹਰ ਇੱਕ ਪਾਸੇ ਚੰਗਾਈ ਦਿੱਤੀ ਇਹਨਾਂ ਨੂੰ। ਵਚਨ 'ਚ ਲਿਖਿਆ ਯਿਸੂ ਮਸੀਹ ਮੈਂ ਦੁਖੀਆਂ ਲਈ ਸੰਸਾਰ ਵਿੱਚ ਆਇਆ। ਸੋ ਯਿਸੂ ਮਸੀਹ ਨੇ ਦੁਖੀਆਂ ਲਈ ਸੰਸਾਰ ਵਿੱਚ ਆਏ ਔਰ ਯਿਸੂ ਮਸੀਹ ਨੇ ਇਹ ਜਦ ਯਿਸੂ ਮਸੀਹ ਕੋਲ ਆਏ ਯਿਸੂ ਮਸੀਹ ਨੇ ਚੰਗਾਈ ਦਿੱਤੀ ਆ। ਇਸ ਚੰਗਾਈ ਲਈ ਇਹ ਦਿਲ ਤੋਂ ਖੁਦਾਵੰਦ ਯਿਸੂ ਮਸੀਹ ਦਿਲ ਤੋਂ ਧੰਨਵਾਦ ਕਰਦੇ ਆ। ਤੋ ਸਾਨੂੰ ਸਭਨਾਂ ਨੂੰ ਸੁਣਨ ਵਾਲਿਆਂ ਨੂੰ ਖੁਦਾ ਬਹੁਤ ਬਰਕਤ ਆਸ਼ੀਸ਼ ਦੇਵੇ ਤਾਂ ਸਭਨਾਂ ਨੂੰ ਯਿਸੂ ਮਸੀਹ ਨਾਲ ਸ਼ਾਂਤੀ ਮਿਲੇ। ਆਮੇਨ।